इंडिया च बैठे भावे बैठे बार जी, सुनो उस्ताद थोड़े दी पुकार जी। ਜਿਹੜਾ ਹੁਣ ਆਸ ਲਾਈ ਬੈਠਾ ਤੁਹਾਡੇ ਤੇ, ਲੱਗਦੇ ਨੀ ਖੜੇ ਹੁਣ ਬਾਈ ਤੁਹਾਡੇ ਦੇ। ਜਿਹੜਾ ਹੁਣ ਆਸ ਲਾਈ ਬੈਠਾ ਤੁਹਾਡੇ ਤੇ, ਲੱਗਦੇ ਨੀ ਖੜੇ ਹੁਣ ਬਾਈ ਤੁਹਾਡੇ ਦੇ। ਉੱਤੋਂ ਚੱਲ ਪੀ ਕਰੋਨਾ ਵਾਲੀ ਮਾਰ, ਪੇਟੀਐਮ ਕਰੋ ਭਗਤੋ ਬੰਦ ਜਿੰਨਾ ਚਿਰ ਸਾਡੇ ਕਾਰੋਬਾਰ, ਪੇਟੀਐਮ ਕਰੋ ਭਗਤੋ ਬੰਦ ਜਿੰਨਾ ਚਿਰ ਸਾਡੇ ਕਾਰੋਬਾਰ, ਪੇਟੀਐਮ ਕਰੋ ਚੇਲਿਓ ਬੰਦ ਜਿੰਨਾ ਚਿਰ ਸਾਡੇ ਕਾਰੋਬਾਰ, ਪੇਟੀਐਮ ਕਰੋ ਭਗਤੋ। ਇਹ ਗੀਤ ਅੱਜ ਕੱਲ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਅਤੇ ਅਪਗ੍ਰੇਡ ਸਾਧ ਦੇ ਕਮਾਈ ਦੇ ਨਵੇਂ ਤੌਰ ਤਰੀਕਿਆਂ ਨੂੰ ਸੁਰੀਲੇ ਅੰਦਾਜ਼ ਵਿੱਚ ਵਿਪਰਦਾ ਕਰਦਾ ਹੈ। ਇਸ਼ਾਰਾ ਸਿੱਧਾ ਅਪਗ੍ਰੇਡ ਸਾਧ ਵੱਲ ਹੈ ਕਿ ਕਿਵੇਂ ਅੱਜ ਕੱਲ ਪ੍ਰੋਗਰਾਮ ਬੰਦ ਹੋਏ ਪਏ ਹਨ ਤਾਂ ਕਿਸ ਕਿਸ ਤਰੀਕੇ ਨਾਲ ਮਾਇਆ ਉਗਰਾਹੀ ਜਾ ਰਹੀ ਹੈ। ਗੀਤਕਾਰ ਸੰਗਦਿਲ ਸੰਤਾਲੀ ਵੱਲੋਂ ਲਿਖੇ ਇਸ ਗੀਤ ਵਿੱਚ ਉਹਨਾਂ ਨੇ ਬੜੇ ਹੀ ਖੂਬਸੂਰਤ ਲਹਿਜੇ ਵਿੱਚ ਅਪਗ੍ਰੇਡ ਸਾਧ ਦੇ ਭਗਤਾਂ ਤੋਂ ਪੇਟੀਐਮ ਜ਼ਰੀਏ ਕੀਤੀ ਜਾ ਰਹੀ ਕਮਾਈ ਦੇ ਪੂਰੇ ਕਾਰੋਬਾਰ ਦੇ ਪੋਤੜੇ ਪਰੋਲੇ ਗਏ ਹਨ। ਇਸ ਗੀਤ ਨੂੰ ਆਵਾਜ਼ ਸਿੰਗਰ ਦੀਪਾ ਬਿਲਾਸਪੁਰੀ ਨੇ ਦਿੱਤੀ ਹੈ ਅਤੇ ਬੜੇ ਹੀ ਖੂਬਸੂਰਤ ਸ਼ਬਦਾਂ ਨਾਲ ਗੁੰਦੇ ਇਸ ਗੀਤ ਵਿੱਚ ਗੀਤਕਾਰ ਸੰਗਦਿਲ ਨੇ ਮੌਜੂਦਾ ਕੋਰੋਨਾ ਮਹਾਮਾਰੀ ਦੇ ਹਾਲਾਤਾਂ ਦਰਮਿਆਨ ਆਪੋ ਆਪਣੇ ਡੇਰਿਆਂ 'ਚ ਵੜੇ ਸਾਧਾਂ ਬਾਬਿਆਂ ਵੱਲੋਂ ਸੰਗਤ ਤੋਂ ਮਾਇਆ ਦੀ ਉਗਰਾਹੀ ਦੇ ਨਵੇਂ ਨਵੇਂ ਤਰੀਕਿਆਂ ਦੇ ਤਿੱਖੀ ਸੱਟ ਮਾਰੀ ਹੈ ਕਿ ਕੋਰੋਨਾ ਮਹਾਮਾਰੀ ਕਰਕੇ ਅਖਾੜੇ ਦੇ ਪ੍ਰੋਗਰਾਮ ਬੰਦ ਹੋ ਚੁੱਕੇ ਹਨ, ਸੋ ਸੰਗਤ ਸਾਨੂੰ ਹੁਣ ਪੇਟੀਐਮ ਰਾਹੀਂ ਦਾਨ ਕਰੇ। ਜ਼ਿਕਰੇ ਖਾਸ ਹੈ ਕਿ ਅਪਗ੍ਰੇਡ ਸਾਧ ਰਣਜੀਤ ਸਿੰਘ ਟੱਡਰੀਆਂ ਵਾਲਾ ਅੱਜ ਕੱਲ ਡਿਜੀਟਲ ਸਮਰਾਟ ਬਣਨ ਦੇ ਚੱਕਰਾਂ ਵਿੱਚ ਹੈ ਅਤੇ ਅਪਗ੍ਰੇਡ ਸਾਧ ਦਾ ਡਿਜੀਟਲ ਸਾਮਰਾਜ ਕਾਫੀ ਪੈਰ ਪਸਾਰ ਚੁੱਕਾ ਹੈ। ਉਪਰੋਂ ਉਸਨੇ ਆਪਣੀ ਵੀਡੀਓ ਵਿੱਚ ਬਕਾਇਦਾ ਇੱਕ ਪੇਟੀਐਮ ਨੰਬਰ ਜਾਰੀ ਕਰ ਸੰਗਤ ਨੂੰ ਦਾਨ ਦੀ ਅਪੀਲ ਕੀਤੀ ਹੋਈ ਹੈ, ਜਿਸ ਦੇ ਇਤਰਾਜ਼ ਚੁੱਕੇ ਜਾਣ ਉੱਪਰ ਇਸ ਤੋਂ ਪਹਿਲਾਂ ਵੀ ਉਹ ਸਫਾਈਆਂ ਦੇ ਚੁੱਕਾ ਹੈ। ਪਰ ਇਸ ਗੀਤ ਜ਼ਰੀਏ ਗੀਤਕਾਰ ਸੰਗਦਿਲ ਨੇ ਅਪਗ੍ਰੇਡ ਸਾਧ ਦੇ ਇਸ ਕਾਰੋਬਾਰ ਅਤੇ ਸੰਗਤ ਤੋਂ ਪੇਟੀਐਮ ਜ਼ਰੀਏ ਉਗਰਾਹੀ ਨੂੰ ਬੇਹੱਦ ਹੀ ਖੂਬਸੂਰਤ ਅਲਫਾਜ਼ਾਂ ਵਿੱਚ ਬਿਆਨ ਕੀਤਾ ਹੈ। ਸੰਗਦਿਲ ਦਾ ਕਹਿਣਾ ਹੈ ਕਿ ਅੱਜ ਦੇ ਸੰਗੀਤਕ ਖੇਤਰ 'ਚ ਬੇਸ਼ੱਕ ਕੁਝ ਗੀਤਕਾਰ ਅਤੇ ਗਾਇਕ ਬੇਹੱਦ ਅਸ਼ਲੀਲ ਅਤੇ ਲੱਚਰ ਗਾਇਕੀ ਦਾ ਸਹਾਰਾ ਲੈ ਲੈਂਦੇ ਹਨ, ਪਰ ਸਾਫ਼ ਸੁਥਰੀ ਗਾਇਕੀ ਅਤੇ ਗੀਤਕਾਰੀ ਹੀ ਲੋਕ ਅਸਲ ਮਾਇਨਿਆਂ ਵਿੱਚ ਪ੍ਰਵਾਨ ਕਰਦੇ ਹਨ। ਸਾਫ਼ ਸੁਥਰੀ ਗੀਤਾਂ ਲਈ ਜਾਣੇ ਜਾਂਦੇ ਸੰਗਦਿਲ ਵੱਲੋਂ ਲਿਖੇ ਇਸ ਗੀਤ ਨੂੰ ਜਿੰਨੇ ਸ਼ਾਹਕਾਰ ਤਰੀਕੇ ਨਾਲ ਇੱਕ ਇੱਕ ਬੋਲ ਗੁੰਦਿਆ ਲਿਖਿਆ ਗਿਆ ਹੈ, ਉਨੀ ਹੀ ਸ਼ਾਹਕਾਰ ਸ਼ੈਲੀ ਵਿੱਚ ਗਾਇਆ ਵੀ ਗਿਆ ਹੈ। ਬੜੇ ਹੀ ਸੰਕੇਤਕ ਲਹਿਜੇ ਵਿੱਚ ਬਣਾਈ ਇਸ ਦੀ ਵੀਡੀਓ, ਇਹ ਗੀਤ ਆਪਣੇ ਆਪ ਵਿੱਚ ਇੱਕ ਵੱਡਾ ਸੁਨੇਹਾ ਦਿੰਦਾ ਹੈ। ਹਥਿਆਰਾਂ ਅਤੇ ਨਸ਼ਿਆਂ ਦੀ ਨੁਮਾਇਸ਼ ਕਰਦੇ ਅਤੇ ਲੱਚਰ ਪੁਣੇ ਨੂੰ ਉਤਸ਼ਾਹਿਤ ਕਰਦੀ ਨਵੀਂ ਪੀੜ੍ਹੀ ਦੀ ਗਾਇਕੀ ਲਈ ਇਹ ਗੀਤ ਇੱਕ ਸੇਧ ਹੈ, ਜੋ ਬੜੇ ਉਸਾਰੂ ਤਰੀਕੇ ਨਾਲ ਅਪਗ੍ਰੇਡ ਸਾਧ ਵਰਗੇ ਬਾਬਿਆਂ ਦੀ ਕਮਾਈ ਦੇ ਤੌਰ ਤਰੀਕਿਆਂ ਨੂੰ ਬਿਆਨ ਕਰਦਾ ਹੈ ਅਤੇ ਬੜੀ ਹੀ ਸਾਫ਼ ਗੋਈ ਨਾਲ ਬਿਨਾਂ ਕਿਸੇ ਦਾ ਨਾਮ ਲਿਆ ਬਹੁਤ ਵੱਡੀ ਗੱਲ ਕੀਤੀ ਗਈ ਹੈ ਅਤੇ ਬਹੁਤ ਸਿੱਧਾ ਅਤੇ ਸਾਫ਼ ਸੁਨੇਹਾ ਦਿੱਤਾ ਗਿਆ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।